हेलो एवरीवन गुड इवनिंग वेलकम बैक टू आवर ऑफिशियल YouTube चैनल गिल्ड्स मेंटोर ऑनलाइन ई-लर्निंग प्लेटफॉर्म टू गेट ऑल रीसेंट नोटिफिकेशन राइट नाउ सब्सक्राइब दिस चैनल एंड डू नॉट फॉरगेट द प्रेस बेल आइकन राइट जिमे थाने पता की आपा तोडे ले पंजाब पटवारी क्रैश कोर्स 2020 लेके आंदे हैं डेली जिस विच क्लासेस रहंदी है कंप्यूटर क्लास आज आपा नेक्स्ट पार्ट लेके आए हैं सेवंथ पार्ट दिस विच आपा नेक्स्ट 20 क्वेश्चंस करण जा रहे हैं ਤੇ ਗਾਇਸ ਜਿੰਨੇ ਵੀ ਮਤਲਬ 7th ਪਾਰਟ ਤੱਕ ਆਪਾਂ ਕੰਪਲੀਟ ਕਰ ਚੁੱਕੇ ਸੀਗੇ ਅੱਜ ਆਪਾਂ 8th ਪਾਰਟ ਲੈ ਕੇ ਆਏ ਜਿਸ ਵਿੱਚ ਜਿੰਨੇ ਵੀ ਹੁਣ ਤੱਕ ਆਪਾਂ ਜਿੰਨੇ ਵੀ ਕੀਤੇ ਹੈ ਪਿਪ ਕੁਐਸ਼ਨਸ 1 40 ਕੁਐਸ਼ਨ ਕਰ ਲੈਨੇ 20 20 ਕੁਐਸ਼ਨਸ ਕਰਦੇ ਆ ਵਿਦ ਐਕਸਪਲੇਨੇਸ਼ਨ ਤੇ ਗਾਇਸ ਜਲਦੀ ਤੋਂ ਜਲਦੀ ਲਾਈਵ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹਰ ਇੱਕ ਸਟੂਡੈਂਟ ਤੱਕ ਪਹੁੰਚ ਸਕੇ ਥਿਸ ਫ੍ਰੀ ਕ੍ਰੈਸ਼ ਕੋਰਸ ਨੂੰ ਜੁਆਇਨ ਕਰਕੇ ਤਿਆਰੀ ਕਰ ਸਕਣ ਠੀਕ ਹੈ ਗਾਇਸ ਤੇ ਮੈਂ ਅੱਜ ਤੁਹਾਨੂੰ ਕਰਵਾਵਾਂਗੀ ਪੰਜਾਬ ਗਵਰਨਮੈਂਟ ਦੇ ਸਾਰੇ ਐਗਜ਼ਾਮ ਦੀ ਤਿਆਰੀ ਲਈ ਕੰਪਿਊਟਰ ਦੇ ਪ੍ਰੀਵੀਅਸ ਕੁਐਸਚਨ ਪੇਪਰਾਂ ਵਿੱਚੋਂ ਕੁਐਸਚਨ ਜੋ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋਣਗੇ ਤੇ ਅੱਜ ਦੇ ਲਾਈਵ ਸੈਸ਼ਨ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜائیں ਜਿੰਨੇ ਵੀ ਆਪਾਂ ਕੁਐਸਚਨਸ ਲੈਂਦੇ ਆ ਐਮਸੀਕਿਊਜ਼ ਹੁੰਦੇ ਨੇ ਠੀਕ ਹੈ ਕੰਪਿਊਟਰ ਐਮਸੀਕਿਊ ਕਹਿ ਸਕਦੇ ਆ ਜਿਸ ਵਿੱਚ ਇੱਕ ਸਟੇਟਮੈਂਟ ਦਿੱਤੀ ਹੁੰਦੀ ਹੈ ਐਂਡ ਇੱਕ ਐਂਡ 5 ਆਪਸ਼ਨਸ ਦਿੱਤੇ ਹੁੰਦੇ ਨੇ ਦੇਖੋ ਜਿੰਨੇ ਵੀ ਅੱਜ ਤੱਕ ਆਪਾਂ ਕੁਐਸਚਨ ਕੀਤੇ ਨੇ ਸਾਰੇ ਪੈਟਰਨ ਜਿਹੜੇ ਮਲਟੀ ਚੁਆਇਸ ਹੀ ਕੁਐਸਚਨਸ ਰਹੇ ਨੇ ਠੀਕ ਹੈ ਤੇ ਅੱਜ ਦੇ ਸੈਸ਼ਨ ਦਾ ਫਰਸਟ ਕੁਐਸਚਨ ਹੈਗਾ डैश इज ए शॉर्ट रेंज वायरलेस कनेक्टिविटी स्टैंडर्ड दैट यूज मैग्नेटिक फील्ड इंडक्शन टू इनेबल कम्युनिकेशन बिटवीन डिवाइस व्हेन दे आर टच टुगेदर और वॉट विद इन ए न्यू विद इन ए फ्यू सेंटीमीटर्स ऑफ ईच अदर मतलब आप टर्मन की करा की कहा जाएगा उस टर्मन आप कहोंगे ਜੋ ਇੱਕ ਸ਼ੋਰਟ ਰੇਂਜ ਵਾਇਰਲੈਸ ਕਨੈਕਟੀਵਿਟੀ ਸਟੈਂਡਰਡ ਯੂਜ਼ ਕੀਤਾ ਜਾਂਦਾ ਹੈ ਨਾ ਜਿਸ ਵਿੱਚ ਇਨੇਬਲ ਕਰ ਸਕਦੇ ਆਪਾਂ ਕਮਿਊਨੀਕੇਸ਼ਨ ਇਨੇਬਲ ਹੁੰਦੀ ਹੈ ਤੇ ਦੇ ਆਰ ਟਸ ਟੂਗੇਦਰ ਐਂਡ ਫਿਊ ਸੈਂਟੀਮੀਟਰ ਆਫ ਟੂ ਈਚ ਅਦਰ ਹੈ ਨਾ ਤੇ ਇਸ ਨੂੰ ਆਪਾਂ ਕਹਿ ਦੇਵਾਂਗੇ ਅਗਰ ਤੁਹਾਨੂੰ ਆਨਸਰ ਪਤਾ ਹੈ ਤਾਂ ਕਮੈਂਟ ਕਰਕੇ ਜਲਦੀ ਜਲਦੀ ਦੱਸ ਦਿਵੋ ਅਗਰ ਨਹੀਂ ਪਤਾ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਆ ਠੀਕ ਹੈ ਤੁਹਾਨੂੰ 2 ਐਂਡ 3 ਸੈਕਿੰਡ ਦਾ ਟਾਈਮ ਨਾਲ ਨਾਲ ਜਦ ਦਿੰਦੀ ਜਾਂਦੀ ਆ ਜੇਕਰ ਤੁਸੀਂ ਪਹਿਲੇ ਦੇ ਪੜ੍ਹੇ ਹੋਏ ਨੇ ਕੁਐਸਚਨਸ ਆਨਸਰ ਤੁਹਾਡੇ ਲਈ ਇੱਕ ਰਿਵੀਜ਼ਨ ਹੋ ਜਾਏਗੀ ठीक है तो द सही आंसर है नियर फील्ड कम्युनिकेशन सी ऑप्शन इज द करेक्ट आंसर नेक्स्ट क्वेश्चन में चलते हैं विच ऑफ द फॉलोइंग इज ए टू डिमेंशनल बार कोड कंसिस्टिंग ऑफ ए ब्लैक एंड वाइट पिक्सल पैटर्न विच अलो टू इनकोड अप टू फ्यू हंड्रड कैरेक्टर्स देखो बार कोड सबनों पता ही है कि होंगे है ना ਕਹਿੰਦੇ ਕਿ ਆਪਾਂ ਦੱਸਣਾ ਕਿ ਉਹ ਕਿਹੜੀ ਜੀ ਟਰਮ ਜਿਹੜੀ 2 ਡਾਈਮੈਨਸ਼ਨਲ 바ਰ ਕੋਡ ਕਨਸਿਸਟਿੰਗ ਆਫ ਬਲੈਕ ਐਂਡ ਵਾਈਟ ਪਿਕਸਲ ਪੈਟਰਨ ਕਿਸ ਨਾਲ ਬਣੀ ਹੋਈ ਹੈ ਬਲੈਕ ਐਂਡ ਵਾਈਟ ਪਿਕਸਲ ਪੈਟਰਨ ਵਿੱਚ ਵਿਚ ਅ ਲੋ ਜੋ ਸਾਨੂੰ ਅ ਲੋ ਕਰਦੀ ਕਿ ਇਨ ਕੋਡਡ ਅਪ ਟੂ ਫਿਊ ਹੰਡਰਡ ਕੈਰੈਕਟਰਸ ਨੂੰ ਹੈਨਾ ਤੇ ਇਸ ਨੂੰ ਆਪਾਂ ਕਹਿ ਦਿੰਦੇ ਆ ਇਸ ਟਰਮ ਨੂੰ ਆਪਾਂ ਕਹਿ ਦਿੰਦੇ ਆ ਕੋਡ 93 ਡੀ অপਸ਼ਨ ਕੋਡ 90 ਸੌਰੀ 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 ਗਾਈਜ਼ ਇਸ ਦਾ ਸਹੀ ਅਨਸਰ ਹੈ ਬੀ ਕਵਿਕ ਰਿਸਪੌਂਸ ਕੋਡ ਠੀਕ ਹੈ ਤੇ ਇਸ ਦਾ ਸਹੀ ਅਨਸਰ ਕੀ ਹੈ ਕਵਿਕ ਰਿਸਪੌਂਸ ਕੋਡ ਠੀਕ ਹੈ ਗਾਇਸ ਤੇ ਇਦਾਂ ਹੀ ਆਪਾਂ ਕੁਐਸ਼ਨਸ ਨਾਲ-ਨਾਲ ਕਰਦੇ ਜਾਣਾ ਅਨਸਰ ਜੇਕਰ ਤੁਹਾਨੂੰ ਕਿਸੇ ਵੀ ਅਨਸਰ ਵਿੱਚ ਡਾਊਟ ਲੱਗ ਰਿਹਾ ਤੇ ਮੈਨੂੰ ਪੁੱਛ ਸਕਦੇ ਹੋ ਨੈਕਸਟ ਕੁਐਸ਼ਨ ਹੈ ਇਨ ਦੀ ਫੀਲਡ ਆਫ ਕੰਪਿਊਟਰਸ ਵਾਟ ਇਜ਼ ਦੀ ਟਰਮ ਫੋਰ ਦੀ ਪ੍ਰੋਸੈਸ ਆਫ ਅਡੈਪਟਿੰਗ software so that an executable program can be created for a computing environment that is different from the one for which is was arisen it was originally designed kanda ki computer field vich ki hunda postum nu ki keh dawange us term jo processing karta adapt karta software nu and executable program can be created for a computer environment that different from the other original design hai na ਕੀ ਮਤਲਬ ਹੈ ਕਿਦਾਂ ਦਾ ਕਹਿ ਸਕਦੇ ਆ ਕਿ ਇਦਾਂ ਦਾ ਪ੍ਰੋਸੈਸ ਹੈਗਾ ਜਿਹੜਾ ਸੌਫਟਵੇਅਰ ਜਿਹੜਾ ਕਿ ਜਿੰਨੇ ਵੀ ਆਪਾਂ ਔਰਿਜਨਲ ਸੌਫਟਵੇਅਰ ਯੂਜ਼ ਕਰਦੇ ਆ ਉਹਨਾਂ ਦੇ ਵਰਗਾ ਡਿਜ਼ਾਈਨ ਹੁੰਦਾ ਲੇਕਿਨ ਉਹ ਤਰ੍ਹਾਂ ਦਾ ਡਿਫਰੈਂਟ এনवायरमेंट ਕ੍ਰੀਏਟ ਕਰਦਾ ਹੈ ਠੀਕ ਹੈ ਐਨ ਐਗਜ਼ੀਕਿਊਟਿਵ ਪ੍ਰੋਗਰਾਮ ਕੈਨ ਬੀ ਕ੍ਰੀਏਟਡ ਫੋਰ ਕੰਪਿਊਟਿੰਗ এনवायरमेंट ਥੈਟ ਇਜ਼ ਡਿਫਰੈਂਟ ਫਰੋਮ ਦੀ ਔਰਿਜਨਲ ਡਿਜ਼ਾਈਨ ਠੀਕ ਹੈ ਡਿਫਰੈਂਟ ਫਰੋਮ ਦੀ ਔਰਿਜਨਲ ਡਿਜ਼ਾਈਨ ਐਗਜ਼ੀਕਿਊਟਿਵ ਪ੍ਰੋਗਰਾਮ ਤੇ ਹੁੰਦਾ ਹੈ ਬਣਾਇਆ ਗਿਆ ਲੇਕਿਨ ਡਿਫਰੈਂਟ ਹੁੰਦਾ ਕਿਸ ਤੋਂ ਔ पोटिंग पोटिंग इज द प्रोसेस ऑफ ए सॉफ्टवेयर सो एंड एगजीक्यूटिव प्रोग्राम कैन बी क्रिएटेड फॉर ए कम्प्यूटिंग एनवायरनमेंट दैट इज डिफरेंट फ्रॉम द तो रीजनल डिजाइन तो चलते हैं नेक्स्ट क्वेश्चन सेलेक्टिंग मल्टीपल वर्कशीट्स इन एक्सेल द फॉलोइंग मस्ट बी यूज्ड व्हेन क्लिकिंग दिस शीट टैब ਮਲਟੀਪਲ ਮਤਲਬ MS ਐਕਸਲ ਯੂਜ਼ ਕਰਦੇ ਆ ਹਨਾ ਤੇ ਸਾਨੂੰ ਕੀ ਕਰਨਾ ਪੈਂਦਾ ਆਪਾਂ ਕਿਹੜੀ ਜੀ ਜਿਹੜੀ ਮਤਲਬ ਵੈਨ ਕਲਿਕਿੰਗ ਸ਼ੀਟ ਟੈਬ ਆਪਾਂ ਕਿਹੜੀ ਜੀ ਕੀ ਨੂ ਪ੍ਰੈਸ ਕਰਾਂਗੇ ਜਦੋਂ ਆਪਾਂ ਮਲਟੀਪਲ ਵਰਕਸ਼ੀਟ ਨੂੰ ਸਿਲੈਕਟ ਕਰਨਾ ਹੈ ਤੇ ਕੀ ਕਰਾਂਗੇ ਕੰਟਰੋਲ ਠੀਕ ਹੈ ਕੰਟਰੋਲ ਪਲੱਸ ਪਰਟੀਕੂਲਰ ਜਿਹੜੀ ਵੀ ਕੀ ਹੈ ਨੂੰ ਆਪਾਂ ਸਿਲੈਕਟ ਕਰਨਾ ਹੈ ਨੈਕਸਟ ਕੁਸ਼ਚਨ ਤੇ ਚੱਲਦੇ ਆਂ ਏ ਪੋਰਸ਼ਨ ਆਫ ਦੀ ਵਰਕਸ਼ੀਟ ਡਿਸਪਲੇ ਔਨ ਦੀ ਸਕਰੀਨ ਕੈਨ ਵੀ ਵਿਊ ਥਰੋ ਏ ਐਮਐਸ ਐਕਸਲ ਨੂੰ ਆਪਾਂ ਕਹਿੰਦੇ ਨੇ ਵਰਕਸ਼ੀਟ ਹੈ ਨਾ ਜਿੰਨਾ ਵੀ ਪੋਰਸ਼ਨ ਹੈ ਵਰਕਸ਼ੀਟ ਦਾ ਡਿਸਪਲੇ ਹੁੰਦਾ ਹੈ ਸਕਰੀਨ ਤੇ ਤੇ ਕਿਹਦੇ ਥਰੂ ਉਸ ਨੂੰ ਆਪਾਂ ਡਿਸਪਲੇ ਕਰਾ ਸਕਦੇ ਹਾਂ ਵਿਊ ਕਰਵਾ ਸਕਦੇ ਹਾਂ ਵਰਕਸ਼ੀਟ ਵਿੰਡੋ ਹੈ ਨਾ ਜਿੰਨਾ ਵੀ ਨੂੰ ਜਿਹੜਾ ਸਾਨੂੰ ਦਿਖਦਾ ਹੈ ਉਸ ਨੂੰ ਕਹਿੰਦੇ ਨੇ ਵਰਕਸ਼ੀਟ ਵਿੰਡੋ ਨੈਕਸਟ ਕੁਐਸਚਨ ਤੇ ਚਲਦੇ ਹਾਂ विच ऑफ द फॉलोइंग इज द वन दैट रन विद इन ए ब्राउजर एंड नोट नीड टू भी प्री इंसटॉल दसना है कि आपको रन करते हैं डज नॉट नीड टू प्री इंस्टॉल उस प्री इंस्टॉल करने की जरूरत नहीं होंगी थीन कलाइंट नैक्सट क्वेश्चन चलते हैं विच ऑफ द फॉलोविंग इज ओपन सोर्स प्रोजेक्ट ओपन सोर्स प्रोजेक्ट बारे दसना है इज द firefox my sequel open office all of the all of these matlab open source ਦਾ ਮਤਲਬ ਕੀ ਹੁੰਦਾ ਜਿੰਨੂੰ ਆਪਾਂ ਕੀ ਕਰ ਸਕਦੇ ਆ इजीली ਡਾਊਨਲੋਡ ਕਰ ਸਕਦੇ ਆ ਠੀਕ ਹੈ ਇੰਟਰਨੈਟ ਤੋਂ ਆਪਾਂ ਓਪਨ ਸੋਰਸ ਇਹਨੂੰ ਓਪਨਲੀ ਮਤਲਬ ਡਾਊਨਲੋਡ ਕਰ ਸਕਦੇ ਆ ਯੂਜ਼ ਕਰ ਸਕਦੇ ਆ इजीली ਹੈ ਨਾ ਤੇ ਸਭ ਸੌਫਟਵੇਅਰ ਕਿਹੜੇ ਨੇ ਓਪਨ ਸੋਰਸ ਪ੍ਰੋਜੈਕਟ ਨੇ ਨੈਕਸਟ ਕੁਐਸਚਨ ਤੇ ਚੱਲਦੇ ਆ डैश इज अ टेक्निक दैट ट्रिक्स यूजर इनटू क्लिकिंग ऑन द मैलीशियस लिंक हां जी दिस ਨੂੰ ਕਹਿੰਦੇ ਨੇ ਕਲਿੱਕ ਜੈਕਿੰਗ ਕਲਿੱਕ ਜੈਕਿੰਗ ਕੀ ਹੈ ਕਿਦਾਂ ਦੀ ਟੈਕਨੀਕ ਹੈ ਜਿਹੜੇ ਮੈਲੀਸ਼ियस ਜਿੰਨੇ ਵੀ ਲਿੰਕ ਹੁੰਦੇ ਨੇ ਜਿਵੇਂ ਕਿ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀਗਾ ਮੈਲੀਸ਼ियस ਦਾ ਸੌਫਟਵੇਅਰ ਹੁੰਦਾ ਨਾ ਜਿੰਨੇ ਵੀ ਆਪਾਂ ਜਿਹਦਾ ਆਪਾਂ ਕੱਲ ਪੜਿਆ ਸੀਗਾ ਜੈਕਿੰਗ ਹਾਈ ਜੈਕਿੰਗ ਬਾਰੇ ਹੈ ਨਾ ਬ੍ਰਾਊਜ਼ਰ ਜੈਕਿੰਗ ਹਾਈ ਜੈਕਿੰਗ ਜਿਸ ਵਿੱਚ ਕੀ ਹੁੰਦਾ ਸੀਗਾ ਕਿ ਇੱਕ ਤਰ੍ਹਾਂ ਦਾ ਜਿਹੜੇ ਲਿੰਕ ਭੇਜੇ ਜਾਂਦੇ ਨੇ ਜੇਕਰ ਤੁਸੀਂ ਇੱਥੇ ਕਲਿੱਕ ਕਰ ਦਿੰਦੇ ਹੋ ਠੀਕ ਹੈ ਤੇ ਤੁਹਾਡਾ ਜਿੰਨਾ ਵੀ ਡਾਟਾ ਪਰਸਨਲ ਡਾਟਾ ਉਸ ਨੂੰ ਕੀ ਕਰ ਲੰਦਾ ਹੈ ਹੈਕ ਨੈਕਸਟ ਕੁਐਸਚਨ ਤੇ ਚਲਦੇ ਹਾਂ ਵਿਚ ਆਫ ਦੀ ਫੋਲੋਇੰਗ ਇਜ਼ ਅ ਕੈਸ਼ੀ ਮੈਮਰੀ ਥੈਟ ਇਜ਼ ਯੂਜ਼ਡ ਟੂ ਸਪੀਡ ਅਪ ਦੀ ਪ੍ਰੋਸੈਸ ਆਫ ਸਟੋਰਿੰਗ ਐਂਡ ਅਸੈਸਿੰਗ ਡਾਟਾ ਫਰੋਮ ਦੀ ਹੋਸਟ ਹਾਰਡ ਡਿਸਕ ਆਪਾਂ ਦੱਸਣਾ ਕਿਹੜੀ ਟਰਮ ਹੈ ਜਿਹੜੀ ਮਤਲਬ ਆਪਾਂ ਯੂਜ਼ ਕਰਦੇ ਹਾਂ ਕੈਸ਼ੀ ਮੈਮਰੀ ਨਾਲ ਜਿਹੜੀ ਕੀ ਕਰਦੀ ਸਾਡੀ ਸਪੀਡ ਅਪ ਕਰਦੀ ਹੈ ਪ੍ਰੋਸੈਸਿੰਗ ਨੂੰ ਠੀਕ ਹੈ ਤੇ ਜਿੰਨਾ ਵੀ ਆਪਾਂ ਡਾਟਾ ਨੂੰ ਅਸੈਸ ਕਰਦੇ ਹਾਂ ਹਾਰਡ ਡਿਸਕ ਵਿੱਚੋਂ ਉਸ ਦੀ ਸਪੀਡ ਨੂੰ ਤੇਜ ਦਾ ਸਹੀ ਆਨਸਰ ਕੀ ਹੈ ਡਿਸ ਕੈਸ਼ਿੰਗ ਕੈਸ਼ਿੰਗ ਬਾਰੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕੈਸ਼ੀ ਮੈਮਰੀ ਦਾ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਿਉਂ ਯੂਜ਼ ਕਰਦੇ ਹਾਂ ਨਾ ਨੈਕਸਟ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਅ ਡੋਮੇਨ ਸਫਿਕਸ ਡੋਮੇਨ ਸਫਿਕਸ ਇਹਨਾਂ ਵਿੱਚੋਂ ਕਿਹੜਾ ਜਿਹਾ ਨਹੀਂ ਹੈ ਤੇ ਇਹਦੇ ਵਿੱਚ ਆਨਸਰ ਹੈਗਾ ਇੰਟ ਠੀਕ ਹੈ ਡੋਮੇਨ ਇਹ ਤੁਹਾਨੂੰ ਪਤਾ ਹੈ ਡੀ ਸੌਰੀ ਈ ਡੀ ਯੂ ਮਤਲਬ ਐਜੂਕੇਸ਼ਨ ਲਈ .o r g organization.com ਸਭ ਕੀ ਨੇ ਡੋਮੇਨ ਨੇਮ ਠੀਕ ਹੈ ਨੈਕਸਟ ਕੁਸ਼ਚਨ ਚ ਚਲਦੇ ਆ ਇੰਟ ਕੋਈ ਵੀ ਡੋਮੇਨ ਨੇਮ ਨਹੀਂ ਸੀਗਾ ਤੇ ਇਦਾਂ ਦੇ ਕੁਸ਼ਚਨ ਆ ਜਾਂਦੇ ਨੇ ਸਮ ਟਾਈਮ which of the following contains text as well information about the text ਤੁਸੀਂ ਦੱਸਣਾ ਹੈ ਕਿ ਇਸ ਵਿੱਚੋਂ ਕਿਹੜਾ ਜ ਟੈਕਸਟ ਹੈ ਨਾਲ ਨਾਲ ਇਨਫੋਰਮੇਸ਼ਨ ਅਬਾਊਟ ਦੀ ਟੈਕਸਟ ਹੈ ਹੈਨਾ ਤੇ ਇਸ ਦਾ ਸਹੀ ਆਨਸਰ ਕੀ ਹੈ ਮਾਰਕਅਪ ਲੈਂਗੁਏਜ ਦੇਖੋ ਮਾਰਕਅਪ ਲੈਂਗੁਏਜ ਜਿਹਨੀ ਹੁੰਦੀ ਹੈ ਨਾ ਸਾਡੀਆਂ HTML ਕੀ ਹੈ ਇੱਕ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਹੈ ਨਾ ਇੱਕ ਟੈਕਸਟ ਹੁੰਦਾ ਹੈ ਪਰਟੀਕੂਲਰ ਠੀਕ ਹੈ ਤੇ ਨਾਲ ਕੀ ਹੁੰਦਾ ਹੈ ਇਹ ਇਦਾਂ ਦੀ ਲੈਂਗੁਏਜ ਹੈ ਜਿਹੜਾ ਕਿ ਇੱਕ ਇੱਕ ਆਪਸ਼ਨ ਦਾ ਜਿੱਦਾਂ ਇੱਕ ਲਿੰਕ ਦਿੱਤਾ ਹੈ ਟੈਕਸਟ ਲਿਖਿਆ ਹੋਇਆ ਜਿਹਦਾ ਤੁਸੀਂ ਦੇਖਦੇ ਹੋ ਵਿਕੀਪੀਡੀਆ ਸੈਸ ਕਰਦੇ ਹੋ ਉਸ ਦਾ ਲਿੰਕ ਕਿਸੇ ਅਦਰ ਨਾਲ ਹੈ ਨਾ ਇੱਕ ਦਾ ਲਿੰਕ ਕਿਸੇ ਸੈਕੰਡ ਵਾਲੇ ਪੇਜ ਨਾਲ ਨੈਕਸਟ ਕੁਐਸਚਨ ਚੱਲਦੇ ਹਾਂ in computing dash is an adaptive adapt adapt developed programming interface which set, uh, centralized communication on a computer bus standardized communication on a computer bus kande in computing ithe kuch miss se lag reha mainu adapt ਟੈਕਨੋਲੋਜੀ ਹੋ ਸਕਦਾ ਹੈ ਨਾ ਡੈਪ ਟੈਕਨੋਲੋਜੀ ਡੁਅਲ ਪ੍ਰੋਗਰਾਮਿੰਗ ਇੰਟਰਫੇਸ ਵਿਚ ਸਟੈਂਡਰਡਾਈਜ਼ ਕਮਿਊਨੀਕੇਸ਼ਨ ਹੋਣੇ ਕੰਪਿਊਟਰ ਬਸ ਤੇ ਇਸ ਵਿੱਚ ਤੁਹਾਨੂੰ ਦੱਸਣਾ ਕਿਹੜੀ ਜੀ ਟਰਮ ਹੈਗੀ ਹੈ ਤੇ ਇਹ ਹੈ ਐਸਪੀਆਈ ਐਸਪੀਆਈ ਠੀਕ ਹੈ ਐਸਪੀਆਈ ਕਿੰਦਾਂ ਦੀ ਮਤਲਬ ਕਹਿ ਸਕਦੇ ਆ ਟੈਕਨੋਲੋਜੀ ਹੈ ਜਾਂ ਕੀ ਹੈਗਾ ਹੈ ਠੀਕ ਹੈ ਜੋ ਇੱਕ ਡਵੈਲਪ ਕੀਤੀ ਗਈ ਪ੍ਰੋਗਰਾਮਿੰਗ ਇੰਟਰਫੇਸ ਜਿਹੜੀ ਸਟੈਂਡਰਡਾਈਜ਼ ਕਮਿਊਨੀਕੇਸ਼ਨ ਲ ਯੂਜ਼ ਕੀਤੀ ਜਾਂਦੀ ਹੈ ਇਸ ਦੀ ਫੁੱਲ ਫਾਰਮ ਇਹਨੂੰ ਲਿਖ ਕੇ ਦੱਸੋ जल्दी जल्दी लिख के दसो काफ़ी बार रिपीट किया हुए नैक्सट क्वेश्चन है डैश इज ए कंप्यूटर प्रोसैसिंग दैट इनेबल अ यूजर टू एक्सट्रैक्ट एंड व्यू डाटा फ्रॉम ए डिफरेंट पॉइंट ऑफ व्यू तो इसका सही आंसर की हो सकता है ओ एल ए पी बी ऑप्शन इज द करैक्ट आंसर मतलब ओ एल ए पी इज़ ए कंप्यूटर प्रोसैसिंग है दैट इनेबल यूजर टू एक्सट्रैक्ट एंड व्यू डाटा फ्रॉम ए डिफरेंट पॉइंट ऑफ व्यू आपको डाटाबेज यूज़ करते हैं टर्म डाटाबेज ओ एल ए पी है ना जिस वि हूं कि आप टेबल क्रिएट कर देना लेकिन जो आप रिजल्ट प्रोवाइड किया जाता उसमें फिल्टर लगा के एक तरह का एक्सट्रैक्ट करते हैं जिन्ना भी अपना डाटा है ठीक है डिफरेंट डिफरेंट व्यू नैक्सट क्वेश्चन चलते हैं वेन ए हार्डवेयर कंपोनेंट फेल द कंप्यूटर स्विच ओवर टू ए रेडेंट कंपोनेंट विदाउट द सर्विस टू द यूजर वींग इंटरअ इस टर्म एस ਜਦੋਂ ਜਦ ਸਾਡਾ ਜਿਹੜਾ ਹਾਰਡਵੇਅਰ ਕੰਪੋਨੈਂਟ ਆ ਕੀ ਹੋ ਜਾਂਦਾ ਫੇਲ ਹੋ ਜਾਂਦਾ ਉਸ ਟਾਈਮ ਆਪਾਂ ਕੰਪਿਊਟਰ ਸਵਿਚ ਨੂੰ ਮਤਲਬ ਕਿਸੇ ਅਦਰ ਕੰਪੋਨੈਂਟ ਵਿਦਾਊਟ ਸਰਵਿਸ ਨਾਲ ਕੀ ਕਰ ਦਈਏ ਉਸਨੇ ਟਰਮ ਨੂੰ ਆਪਾਂ ਕੀ ਕਹਿ ਦਿੰਦੇ ਆ ਫੇਲ ਓਵਰ ਫੇਲ ਓਵਰ ਠੀਕ ਹੈ ਉਸ ਟਰਮ ਨੂੰ ਕਹਿ ਦਿੰਦੇ ਆ ਜਦੋਂ ਆਪਾਂ ਸਾਡਾ ਜਦੋਂ ਮਤਲਬ ਹਾਰਡਵੇਅਰ ਜਿਹਦਾ ਸਿਸਟਮ ਹੈ ਕੀ ਹੋ ਜਾਂਦਾ ਫੇਲ ਹੁੰਦਾ ਕੰਪੋਨੈਂਟ ਕੋਈ ਵੀ ਉਸ ਦਾ ਫੇਲ ਹੋ ਜਾਂਦਾ ਹੈ ਦੈਨ ਕੀ ਹੁੰਦਾ ਦਿ ਕੰਪਿਊਟਰਸ ਵਿੱਚ ਓਵਰ ਰੈਡੈਂਟ ਕੰਪੋਨੈਂਟ ਵਿਦਆਊਟ ਸਰਵਿਸ ਟੂ ਯੂਜ਼ਰ ਵੀਂਗ ਇੰਟਰਰਪਟ ਇਸ ਟਰਮ ਐਸ ਫੇਲ ਓਵਰ ਨੈਕਸਟ ਕੁਐਸਚਨ ਚਲਦੇ ਹਾਂ ਵਿਚ ਆਫ ਦੀ ਫਾਲੋਇੰਗ ਸੋਰਸ ਕੋਡ ਇਜ਼ ਹਾਈਲੀ ਪ੍ਰੋਟੈਕਟ ਐਂਡ ਓਨਲੀ ਅਵੇਲੇਬਲ ਟੂ ਟਰਸਟ ਏਮਪਲੋਇਜ਼ ਐਂਡ ਕੰਟਰੈਕਟਰ ਆਪਾਂ ਦੱਸਣਾ ਕਿ ਇਸ ਵਿੱਚ ਕਿਹੜੀ ਟਰਮ ਹੈ ਜਿਹੜੀ ਸੋਰਸ ਕੋਡ ਹੈ ਹਾਈਲੀ ਪ੍ਰੋਟੈਕਟਡ ਹੈ ਠੀਕ ਹੈ ਐਂਡ ਟਰਸਟਡ ਹੈ ਕਿਦੇ ਕਿਦੇ ਲਈ ਏਮਪਲੋਇਜ਼ ਕੰਟਰੈਕਟਰ ਲਈ ਤੇ ਦਾ ਸਹੀ ਆਨਸਰ ਹੈ

आप दसने कि इसी टर्म ले यूज है जी रिवूटिंग लिए यूज़ की जाती है कॉमनली है ना वैन सिस्टम ऑफ द कंप्यूटर इज करैश उस कह दें रैंडम रिबूटिंग ठीक है नैक्सट क्वेश्चन चलते हैं बिच ऑफ द फॉलोइंग इज नोट डोमेन सुपैक्स इस दसना कि डोमेन जड़ा नेम कि नहीं है इसका सही आंसर है इंट डी ऑप्शन इज ई करैक्ट आंसर नैक्सट क्वेश्चन चलते हैं ਦੀ अनऑथराइज एक्टिविटी ऑफ मैलीशियस सॉफ्टवेयर इज कॉल्ड अनऑथराइज एक्टिविटी ऑफ मैलीशियस सॉफ्टवेयर दस्नै ਤੇ ਇਸ ਦਾ ਸਹੀ ਆਨਸਰ ਕੀ ਹੋ ਸਕਦਾ ਹੈ ਪੇ ਲੋਡ ਠੀਕ ਹੈ अनऑथराइज ਮਤਲਬ ਜਿਹੜੇ ਕੀ ऑथराइजेशन ਨਹੀਂ ਜਿੰਨ ਨੂੰ ਜਿਹਨਾਂ ਨੂੰ ਸਾਨੂੰ ਅਥੋਰਟੀ ਹੁੰਦੀ ਆ ਆਪਾਂ ਸੈਸ ਉਸ ਨੂੰ ਕਰ ਸਕਦੇ ਲੇਕਿਨ अनऑथराइज ਬੇਨਲ ਕਿਸੇ ਐਕਟੀਵਿਟੀ ਨੂੰ ਮਤਲਬ ਕੁਝ ਸੌਫਟਵੇਅਰ ਹੁੰਦੇ ਨੇ ਜਿਹੜੇ ਕੀ ਆਪਾਂ ਯੂਜ਼ ਕਰਕੇ ਕਿਸੇ ਦਾ ਪਰਸਨਲ ਡਾਟਾ ਨੂੰ ਕੀ ਕਰਨ ਦੀ ਕੋਸ਼ਿਸ਼ ਕਰਦੇ ਹ ਹੈਕ ਤੇ ਉਸ ਨੂੰ ਕਹਿ ਦਿੰਦੇ ਆ ਮੈਲੀਸ਼ियस सॉफ्टवेयर दैट इज अनऑथथराइज एक्टिविटी की करते हैं परफॉर्म कर करते उसको कहते हैं लोड नेक्स्ट क्वेश्चन चलते हैं अभी सिरे लास्ट क्वेश्चन है हाउ टू सिलैक्ट वन हाइपरलिंक आफ्टर अनदर ड्यूरिंग ए स्लाइड प्रेजेंटेशन अगर एक हाइपरलिंक लिंक दिता उस दैन सैकंड वाले ड्यूरिंग द स्लाइड आफ्टर द अनदर ड्यूरिंग ए स्लाइड प्रेजेंटेशन प्रजेंटेन आपना सिलैक्ट करना है, है तो आप यूज करा कंट्रोल प्लस एम ठीक है how to select one hyperlink after another during a slide presentation ਠੀਕ ਹੈ ਤੇ ਉਸ ਨੂੰ ਆਪਾਂ ਕੀ ਕਰਾਂਗੇ ਜਦੋਂ ਇੱਕ ਪ੍ਰੈਜੈਂਟੇਸ਼ਨ ਆਪਾਂ ਓਪਨ ਕੀਤੀ ਹੋਈ ਹੈ ਠੀਕ ਹੈ ਬਣਾ ਰਹੇ ਹਾਂ ਦੈਨ ਸੈਕਿੰਡ ਵਾਲੀ ਪ੍ਰੈਜੈਂਟੇਸ਼ਨ ਆਪਾਂ ਕਰਨੀ ਹੈ ਤਾਂ ਆਪਾਂ ਕੀ ਕਰਾਂਗੇ ਕੰਟਰੋਲ ਪਲੱਸ ਐਮ ਤੇ ਆਪਣੇ ਆਪ ਸੈਕਿੰਡ ਵਾਲੀ ਇਦਾਂ ਰੀਲੋਡ ਹੋ ਜਾਏਗੀ ਕ੍ਰੀਏਟ ਹੋ ਜਾਏਗੀ ਠੀਕ ਹੈ ਗਾਇਸ ਤੇ ਅੱਜ ਦਾ ਸੈਸ਼ਨ ਜਿਹੜਾ ਹੀ ਇੱਥੇ ਹੀ ਖਤਮ ਹੁੰਦਾ ਹੈ ਅੱਜ ਆਪਾਂ ਕਿੰਨੇ ਕੁਐਸਚਨ ਕਰ ਲਏ ਨੇ 20 ਕੁਐਸਚਨਸ ਕਰ ਲਏ ਨੇ ਅੱਜ ਆਪਾਂ ਕੀਤਾ 8th 8th ਪਾਰਟ ਠੀਕ ਹੈ ਕੰਪਿਊਟਰ ਦਾ ਤੇ ਜਿੰਨੇ ਵੀ ਗਾਇਸ ਸਟੂਡੈਂਟਸ ਨੇ ਜਿਨ੍ਹਾਂ ਨੇ ਲਾਸਟ ਵਾਲੀ ਵੀਡੀਓਜ਼ ਨਹੀਂ ਦੇਖੀਆਂ ਸਾਡੀ ਪਲੇਲਿਸਟ ਤੇ ਜਾ ਕੇ ਵੀਡੀਓਜ਼ ਨੂੰ ਦੇਖ ਸਕਦੇ ਨੇ ਕੰਪਿਊਟਰ ਦੀ ਕਲਾਸਿਸ ਪਈਆਂ ਹੋਈਆਂ ਨੇ ਅੱਜ ਤੱਕ ਅੱਪਾ ਕੋਈ 4000 ਕਹਿ ਸਕਦੇ 3500 ਕੁਐਸਚਨ ਤੇ ਕਰ ਹੀ ਚੁੱਕੀਆਂ ਨੀਅਰਸਟ ਟੂ 4000 ਹੋ ਸਕਦੇ ਨੇ ਠੀਕ ਹੈ ਤੇ ਜਿੰਨੇ ਵੀ ਸਾਡੀ ਕਲਾਸਿਸ ਨਾਲ-ਨਾਲ ਚੱਲ ਰਹੀਆਂ ਨੇ ਜਿਵੇਂ ਕਿ ਰੀਜ਼ਨਿੰਗ ਦੀ ਜੀਕੇ ਦੀ ਕੰਪਿਊਟਰਸ ਦੀ ਤੇ ਚੱਲੀ ਰਹੀ ਐ ਦੈਨ ਮੈਸ ਦੀ ਠੀਕ ਐ ਕਰੰਟ ਅਫੇਅਰ ਦੀ ਤੇ ਤੁਸੀਂ ਇੰਗਲਿਸ਼ ਦੀ ਸਾਰੀ ਕਲਾਸ ਨੂੰ ਦੇਖਣਾ ਨਹੀਂ ਭੁੱਲਣਾ ਤੁਹਾਡਾ ਆਪਣਾ ਚੈਨਲ ਐ ਗਿਲਸ ਵਿੰਡੋਰ ਜਲਦੀ ਜਲਦੀ ਇਸ ਨੂੰ ਸਬਸਕ੍ਰਾਈਬ ਕਰ ਲਓ ਐਂਡ ਸ਼ੇਅਰ ਕਰ ਦਿਓ ਸਾਡਾ ਆਪਣਾ ਮਿਸ਼ਨ ਚੱਲ ਰਿਹਾ ਕ੍ਰੈਸ਼ ਕੋਰਸ ਪੰਜਾਬ ਪਟਵਾਰੀ 2020 ਠੀਕ ਐ ਤੇ ਆਪਾਂ ਇਦਾਂ ਹੀ ਸੈਸ਼ਨ ਲੈ ਕੇ ਆਉਂਦੇ ਰਵਾਂਗੇ ਠੀਕ ਐ ਗਾਇਸ ਥੈਂਕ ਯੂ ਫॉर ਵਾਚਿੰਗ ਹੁਣ ਮਿਲਾਂਗੇ ਨੈਕਸਟ ਵਾਲੀ ਵੀਡੀਓ ਵਿੱਚ